ਟੋਕੇ ਟੋਕੇ ਕਰਵਾ ਕੇ ਆਂਦਰਾਂ ਦੇ ਹਾਰ ਗਲਾਂ ਵਿੱਚ ਪਵਾ ਲਏ, ਪਰ ਮੁੱਖੋਂ ਸੀ ਨਹੀਂ ਵਿਚਾਰੀ। ਤੁਸੀਂ ਉਹੀ ਵਾਰ ਵਾਰ ਕਨਵਰਟ ਹੋ ਕੇ ਸੰਸਾਰ ਤੇ ਆ ਰਹੀ ਹੋ। ਅੱਜ ਦੇਸ਼ ਕੌਮ ਤੇ ਧਰਮ ਨੂੰ ਜੇ ਬਚਾਉਣਾ ਨਾ ਤਾਂ ਤੁਸੀਂ ਬੀਬੀਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਨਾ, ਕਿਸੇ ਵੀ ਸ਼ਬਦ ਨੂੰ ਇੱਕ ਲੜੀ ਦੇ ਵਿੱਚ ਪਰੋ ਲੈਣਾ, ਆਪਣੇ ਆਪ ਨੂੰ ਜਾਣ ਲੈਣਾ ਕਿ ਮੈਂ ਸਰੀਰ ਨੇ ਮੈਂ ਆਤਮਾ, ਤੁਹਾਡੇ ਹੱਥ ਦਾ ਪਕਾਇਆ ਹੋਇਆ ਪ੍ਰਸ਼ਾਦਾ, ਤਾਂ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਪਾਇਆ ਹੋਇਆ ਪੂਰਨਿਆਂ ਤੇ ਚੱਲ ਸਕਦੇ ਹਾਂ, ਨਹੀਂ ਤੇ ਅਸੀਂ ਡੋਲ ਚੁੱਕੇ ਹਾਂ। ਸਿਰਫ ਆਪਣੇ ਸਰੂਪ ਦਾ ਧਿਆਨ ਕਰਨ ਵਾਸਤੇ ਗੁਰਬਾਣੀ ਸਾਨੂੰ ਵਾਰ ਵਾਰ ਪ੍ਰੇਰਨਾ ਕਰਦੀ ਹੈ, ਸਤ ਸਰੂਪ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖ ਉਤਰੇ ਨਾਨਕ ਹਰ ਗੁਣ ਗਾਓ। ਤੁਸੀਂ ਆਪਣੇ ਸਰੂਪ ਦੀ ਪੂਜਾ ਕਰਨੀ ਆ, ਆਪਣੇ ਆਪ ਨੂੰ ਜਾਣਨਾ ਕਿ ਮੈਂ ਸਰੀਰ ਨਹੀਂ ਮੈਂ ਆਤਮਾ। ਕੋਈ ਸ਼ਾਸਤਰ ਤੁਹਾਨੂੰ ਬਾਹਰ ਨਹੀਂ ਜਾਣ ਦੇਗਾ। ਕੁਰਾਨ ਸ਼ਰੀਫ ਦੇ ਵਿੱਚ ਸਾਹਿਬ ਲਿਖਿਆ ਨਾਨਕ ਕੁੱਲ ਹੁਕਮ 28ਵੇਂ ਸਪਾਰੇ ਦੇ ਵਿੱਚ, ਨਾਨਕ ਕਿੱਥੇ ਰਹਿੰਦਾ, ਆਪੇ ਹੀ ਕੰਡਾ ਤੋਲ ਤਰਾਜੀ, ਆਪੇ ਹੀ ਤੋਲਣ ਹਾਰਾ, ਆਪੇ ਹੀ ਦੇਖੇ ਆਪੇ ਹੀ ਬੂਝੇ ਆਪੇ ਹੈ ਬਣਜਾਰਾ। ਕਹਿੰਦਾ ਇੰਨੀਆਂ ਚਤਰਾਈਆਂ ਕਰਦਾ ਹਲੇ ਵੀ ਅੰਨਾ ਹੈ, ਅੰਧਲਾ ਨੀਚ ਜਾਤ ਪਰਦੇਸੀ, ਫਿਰ ਆਵੇ ਤਿਲ ਜਾਵੇ, ਇੱਕ ਸਾਹ ਆਉਂਦਾ ਇੱਕ ਜਾਂਦਾ। ਗੋਚਰ ਸਿੰਘ ਪੰਡਵਾ ਵਾਲੇ ਸ੍ਰੀ ਮਾਨ ਮਹੰਤ ਦਰਸ਼ਨ ਸਿੰਘ ਜੀ, ਪੰਜ ਰਾਈਆਂ ਵਾਲੇ ਮੁਖੀ ਮਹਾਰਾਜ, ਆਪ ਸੰਤਾਂ ਮਹਾਂਪੁਰਸ਼ ਬਾਬਾ ਪਾਲ ਸਿੰਘ ਲੋਹੀਆਂ ਵਾਲੇ, ਹੋਰ ਵੀ ਮਹਾਂਪੁਰਸ਼ ਬਹੁਤ ਬੈਠੇ ਨੇ ਸਟੇਜ ਦੇ ਉਪਸਥਿਤ। ਮੇਰਾ ਨਮਸਕਾਰ ਹੈ, ਮਹਾਂਪੁਰਸ਼ਾਂ ਨੂੰ ਨਮਸਕਾਰ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਹੈ, ਅੰਤ ਵਿੱਚ ਤੁਹਾਡੇ ਅੰਦਰ ਬੈਠੇ ਪਰਮਾਤਮਾ ਨੂੰ ਮੇਰਾ ਵਾਰੰਵਾਰ ਨਮਸਕਾਰ ਫਤਿਹ ਬੁਲਾਓ। ਗੁਰੂ ਦੇ ਨਾਲ ਜੋੜਨਗੇ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਦਰਸ਼ਨ ਦੇ ਰਹੇ ਨੇ ਸਤਿਕਾਰਯੋਗ ਬਾਬਾ ਪਾਲ ਸਿੰਘ ਜੀ ਲੋਹੀਆਂ, ਸੰਤ ਹਰਜਿੰਦਰ ਸਿੰਘ ਜੀ ਬ੍ਰਹਮਚਾਰੀ ਟੰਬੇ ਵਾਲੇ, ਸਵਾਮੀ ਮਹਿੰਦਰਾਨਾ ਜੀ ਪੁਜਾਰੀ ਹਰਿਦੁਆਰ, ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਸਮਰਾਏ ਵਾਲੇ, ਸਤਿਕਾਰਯੋਗ ਬਾਬਾ ਕਰਤਾਰ ਦਾਸ ਜੀ ਕੂਟੋ ਮਜਾਰਾ, ਸ੍ਰੀ ਮਾਨ ਮਹੰਤ ਦਰਸ਼ਨ ਸਿੰਘ ਜੀ ਪੰਜ ਗਰਾਈਆਂ ਮੁਖੀਏ ਮਹੰਤ ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਵਾਲੇ, ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਜੀ ਰਾੜਾ ਸਾਹਿਬ ਵਾਲੇ, ਬਾਬਾ ਤੇਜਾ ਸਿੰਘ ਜੀ ਨਕੋਦਰ, ਸਤਿਕਾਰਯੋਗ ਬਾਬਾ ਨਿਰਮਲ ਸਿੰਘ ਜੀ ਕੇਸਰ ਸਿੰਘ ਵਾਲਾ ਬਠਿੰਡਾ ਵਾਲੇ, ਆਓ ਸਾਹ ਸਿੰਘ ਜੀਓ ਸਰਵਣ ਕਰੀਏ, ਸਤਿਕਾਰਯੋਗ ਗਿਆਨੀ ਇਕਬਾਲ ਸਿੰਘ ਜੀ ਮੀਰਾਂ ਕੋਟ ਵਾਲੇ, ਸੱਤ ਮਿੰਟ ਵਾਸਤੇ ਆਪ ਸਰਵਤ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨਗੇ। ਗਾਇਓ ਸਭ ਗ੍ਰੰਥਨ ਮੈਂ, ਸੰਤ ਐਸੋ ਪੰਥਨ ਮੈਂ, ਰਾਗ ਦੁਖ ਮੋਖ ਕਰੇ ਜੈਸੇ ਜਿਨ ਚਰੇ ਹੈ, ਨਿਰਮਲ 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 ਤੇਰੀ ਬਾਣੀ, ਘਟ ਘਟ ਸੁਣੀ ਸਰਵਨ ਬਖਿਆਣੀ, ਪਵਿੱਤਰ 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 ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਆਪਾਂ ਚਲਾਣੇ ਤੋਂ ਬਾਅਦ ਕਹਿ ਦਿੰਦੇ ਹਾਂ ਸੱਚਖੰਡ ਵਾਸੀ ਐਸੇ ਜਿਹੜੇ ਮਹਾਂਪੁਰਖ ਨੇ, ਜਦੋਂ ਇਸ ਪੰਜ ਤੱਤ ਦੇ ਪੁਤਲੇ ਵਿੱਚ ਰਹਿੰਦੇ ਨੇ ਉਦੋਂ ਵੀ ਸੱਚਖੰਡ ਵਾਸੀ ਹੁੰਦੇ ਨੇ, ਤੇ ਅਸੀਂ ਕਿੱਥੇ ਰਹਿੰਦੇ ਹਾਂ, ਜਿਹੜੇ ਸੰਸਾਰੀ ਨੇ ਸਾਡੇ ਵਰਗੇ, ਅਸੀਂ ਝੂਠਖੰਡ ਵਿੱਚ ਰਹਿੰਦੇ ਹਾਂ ਜਿਉਂਦੇ, ਅਸੀਂ ਜਿਉਂਦੇ ਝੂਠਖੰਡ ਵਿੱਚ, ਤੇ ਮੋਇਆ ਨੂੰ ਤਾਂ ਸੱਚਖੰਡ ਨਹੀਂ ਨਾ ਪੈ ਜਾਣਾ। ਇਹ ਜਿਹੜੇ ਮਹਾਂਪੁਰਖ ਨੇ ਨਾ, ਜਦੋਂ ਪੰਜ ਭੂਤਨ ਸਰੀਰ ਵਿੱਚ ਰਹਿੰਦੇ ਨੇ ਉਦੋਂ ਵੀ ਸੱਚਖੰਡ ਵਿੱਚ ਹੁੰਦੇ ਨੇ, ਤੇ ਫਿਰ ਚਲਾਣੇ ਤੋਂ ਬਾਅਦ ਵੀ ਸਜੀਵੀ ਸੱਚਖੰਡ ਵਿੱਚ ਨੇ। ਤੋ ਸਮਾਂ ਬੜਾ ਸੀਮਤ ਹੈ ਬਾਬਾ ਦਰਸ਼ਨ ਸਿੰਘ ਜੀ, ਇਹ ਬਾਬਾ ਪਾਲ ਸਿੰਘ ਗੁਰੂ ਰੂਪ ਸਾਧ ਸੰਗਤ ਇਹਨਾਂ ਦਾ, ਜਦੋਂ ਮੈਂ ਇੱਕ ਖੋਜ ਭਰਪੂਰ ਪੇਪਰ ਸੁਣਿਆ ਫਿਰ ਮੈਨੂੰ ਪਤਾ ਚੱਲਿਆ ਕਿ ਇਹ ਕੀ ਕੁਝ। ਤੋ ਵਿਦਿਆ ਮਾਰਕੰਡ ਸਾਰੇ ਇਹਨਾਂ ਦੇ ਸਾਹਮਣੇ ਮੈਂ ਕੁਝ ਕਹਿ ਸਕਾਂ, ਬਹੁਤ ਔਖੀ ਗੱਲ ਹੈ। ਛੋਟੀਆਂ ਬੱਚੀਆਂ
ਸ਼ਬਦ ਗਾਇਨ ਕਰ ਰਹੀਆਂ ਸਨ ਅਤੇ ਉਦੋਂ ਹੀ ਮੇਰਾ ਮਨ ਇਹਨਾਂ ਖਿਆਲਾਂ 'ਤੇ ਕੇਂਦਰਿਤ ਹੋ ਗਿਆ ਸੀ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਊਟ ਸਤਾਣੀ, ਸੰਤ ਹਮਾਰਾ ਗਹਿਣਾ। ਇਹ ਰੇਣ ਕੀ ਚੀਜ਼ ਹੈ? ਬੜੇ ਬਚਨ ਨੇ, ਜਨ ਕੇ ਚਰਨ ਵਸੇ ਮੇਰੇ ਹੀ ਹਰੇ, ਸੰਗ ਪਨੀਤਾ ਦੇਹੀ, ਜਨ ਕੀ ਧੂਰ ਦਿਓ ਕਿਰਪਾ ਨਿਧ, ਨਾਨਕ ਕੈ ਸੁਖ ਇਹੀ। ਜਿੱਥੇ ਸੰਤ ਤਪੱਸਿਆ ਕਰਦਾ ਹੈ ਉਸ ਮਿੱਟੀ ਦੇ ਅੰਦਰ ਕੋਈ ਨਿਰਾਲੀ ਸ਼ਕਤੀ ਪੈਦਾ ਹੋ ਜਾਂਦੀ। ਜਿੱਥੇ ਮਲੇਰੀਏ ਦਾ ਮਰੀਜ਼ ਰਹਿੰਦਾ ਹੈ ਨਾ, ਜਿਸ ਕਮਰੇ ਵਿੱਚ ਜਿਸ ਘਰ ਵਿੱਚ ਉਹ ਚਲੇ ਜਾਏ ਉੱਥੋਂ, ਜਾਂ ਉਹ ਰਾਜ਼ੀ ਹੋ ਜਾਏ ਅਤੇ ਉਹ ਮਲੇਰੀਏ ਦੇ ਬਿਮਾਰ ਸਰਾ ਜ਼ੀਮ ਸੀਮ ਉੱਥੇ ਦੋ ਤਿੰਨ ਹਫ਼ਤੇ ਤੱਕ ਰਹਿੰਦੇ ਨੇ ਅਤੇ ਆਉਣ ਜਾਣ ਵਾਲਿਆਂ 'ਤੇ ਉਹ ਮਲੇਰੀਏ ਦੇ ਬਿਮਾਰ ਸਰਾ ਸਿਮ ਜਿਹੜੇ ਨੇ ਉਹ ਪ੍ਰਭਾਵ ਪਾ ਸਕਦੇ ਨੇ, ਉਹਨਾਂ ਨੂੰ ਮਲੇਰੀਆ ਹੋ ਸਕਦਾ। ਇਸ ਤੋਂ ਅੱਗੇ ਜਿੱਥੇ ਟੀਬੀ ਦਾ ਮਰੀਜ਼ ਰਹਿੰਦਾ, ਦਮੇ ਦਾ ਮਰੀਜ਼ ਰਹਿੰਦਾ, ਜਿਸ ਘਰ ਵਿੱਚ ਹੋ ਰਿਹਾ ਉਹ ਉੱਥੋਂ ਰਾਜ਼ੀ ਹੋ ਗਿਆ ਹੈ ਜਾਂ ਉੱਥੋਂ ਕਿਤੇ ਹੋਰ ਪ੍ਰਵੇਸ਼ ਕਰ ਗਿਆ ਹੈ, ਉਹ ਜਿਹੜੇ ਦਮੇ ਦੇ ਟੀਬੀ ਦੇ ਬਿਮਾਰ ਜ਼ਰਾ ਸੀਮ ਛੱਡ ਕੇ ਗਿਆ ਹੈ, ਉਹਨਾਂ ਦਾ ਪ੍ਰਭਾਵ 2 ਤੋਂ 3 ਮਹੀਨੇ ਤੱਕ ਰਹਿੰਦਾ। ਇਹ ਡਾਕਟਰੀ ਸਾਇੰਸ ਨੇ ਖੋਜਾਂ ਕੀਤੀਆਂ। ਮਹਾਂਪੁਰਖ ਸ਼੍ਰੀ ਮਹੰਤ ਜੀ, ਸੰਤ ਬਾਬਾ ਗਿਆਨ ਦੇਵ ਸਿੰਘ ਜੀ, ਸਿੰਘ ਸਾਹਿਬ ਜੀ, ਹੋਰ ਉਹਨਾਂ ਦੇ ਨਾਲ ਬੜੀਆਂ ਪਵਿੱਤਰ ਆਤਮਾਵਾਂ ਪੁੱਜੀਆਂ ਹਨ, ਮੈਂ ਉਹਨਾਂ ਦੇ ਸਤਿਕਾਰ ਵਾਸਤੇ ਇੱਕ ਜੈਕਾਰਾ ਗਜਾ ਰਿਹਾ ਹਾਂ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਗੱਜ ਕੇ ਬੋਲਣਾ ਹੈ। ਸਿੰਘ ਸਾਹਿਬ ਜੀ ਪੁੱਜੇ ਹਨ, ਸਾਰੇ ਗਜਾਓ। ਬੋਲੇ ਸੋ ਨਿਹਾਲ ਤੋ ਗੁਰੂ ਰੂਪ ਸਾਧ ਸੰਗਤ ਜੀਓ। ਇਸ ਤੋਂ ਅੱਗੇ ਵੈਦ ਗ੍ਰੰਥਾਂ ਦੇ ਅੰਦਰ ਜ਼ਿਕਰ ਆਇਆ ਹੈ ਕਿ ਕੋੜ ਜਿਹੜਾ ਹੈ 18 ਕਿਸਮ ਦਾ, 17 ਕਿਸਮ ਦਾ ਕੋੜ ਜਿਹੜਾ ਹੈ ਇਹ ਛੂਤਛਾਤ ਦੀ ਬਿਮਾਰੀ ਨਹੀਂ ਹੈ, 18ਵੀਂ ਕਿਸਮ ਦਾ ਜਿਹੜਾ ਕੋੜ ਹੈ ਇਹ ਛੂਤ ਦੀ ਬਿਮਾਰੀ ਹੈ। ਤੋ ਉਹ 18ਵੀਂ ਕਿਸਮ ਦਾ ਜਿਹੜਾ ਕੋੜੀ ਹੈ ਉਹ ਜਿਹੜਾ ਮਰੀਜ਼ ਜਿਸ ਥਾਂ 'ਤੇ ਰਹਿੰਦਾ ਰਿਹਾ, ਜਿਸ ਕੁਟੀਆ ਜਿਸ ਘਰ 'ਚ ਰਹਿੰਦਾ ਰਿਹਾ, ਉਹ ਜਿਹੜੇ ਆਪਣੇ ਕੋੜ ਦੇ ਬਿਮਾਰ ਜ਼ਰਾ ਸੀਮ ਪਿੱਛੇ ਛੱਡ ਕੇ ਜਾਂਦਾ ਹੈ, ਉਹਨਾਂ ਬਿਮਾਰ ਜ਼ਰਾ ਸੀਮਾਂ ਦਾ ਅਸਰ 3 ਮਹੀਨੇ ਤੋਂ 6 ਮਹੀਨੇ ਤੱਕ ਰਹੇਗਾ। ਪਰ ਇਸ ਦੇ ਮੁਕਾਬਲੇ 'ਤੇ ਜਿੱਥੇ ਕਿਸੇ ਰਿਸ਼ੀ ਨੇ, ਸੰਤ ਨੇ, ਗੁਰਮੁਖ ਨੇ, ਬ੍ਰਹਮ ਗਿਆਨੀ ਨੇ ਤਪੱਸਿਆ ਕੀਤੀ ਹੈ, ਉਹ ਉੱਥੋਂ ਚਲੇ ਗਿਆ ਹੈ, ਉਹ ਆਪਣੇ ਪਿੱਛੇ ਜਿਹੜੇ ਪਵਿੱਤਰ ਅਣੂ ਛੱਡ ਕੇ ਗਿਆ, ਉਹ ਮੈਂ ਜ਼ਰਾ ਸਿੰਘ ਸ਼ਬਦ ਬੋਲਿਆ, ਇੱਥੇ ਮੈਂ ਪਵਿੱਤਰ ਅਣੂ ਪਿਆ। ਬਿਮਾਰੀ ਦੇ ਜ਼ਰਾ ਸਿੰਘ ਵੀ ਸਾਡੇ 'ਤੇ ਪ੍ਰਭਾਵ ਪਾਉਂਦੇ ਨੇ ਅਤੇ ਪਵਿੱਤਰਤਾ ਦੇ ਅਣੂ ਵੀ ਸਾਡੇ 'ਤੇ ਪ੍ਰਭਾਵ ਪਾਉਂਦੇ ਨੇ। ਜਦੋਂ ਅਸੀਂ ਕਿਸੇ ਮਹਾਂਪੁਰਖ ਕੋਲ ਜਾਂਦੇ ਹਾਂ ਨਾ, ਅਸੀਂ ਕਹਿੰਦੇ ਹਾਂ ਮਹਾਂਪੁਰਖੋ ਆਪਣਾ ਪਵਿੱਤਰ ਹੱਥ ਸਾਡੇ ਸਿਰ 'ਤੇ ਰੱਖ ਜਾਂ ਸਾਡੀ ਪਿੱਠ 'ਤੇ ਰੱਖ। ਉਹ ਹੱਥ ਰੱਖਣ ਦੇ ਨਾਲ ਉਹਨਾਂ ਦੇ ਜਿਹੜੇ ਉਹ ਪਵਿੱਤਰ ਅਣੂ ਨਾਲ ਸਾਡੇ ਅੰਦਰ ਪ੍ਰਵੇਸ਼ ਕਰਦੇ, ਉਹਦੇ 'ਤੇ ਸਾਡੇ 'ਤੇ ਉਹਦਾ ਪ੍ਰਭਾਵ ਪੈਂਦਾ। ਅਤੇ ਜਿਸ ਥਾਂ 'ਤੇ ਐਸੇ ਰਿਸ਼ੀ ਨੇ, ਐਸੇ ਸੰਤ ਨੇ, ਮਹਾਂਪੁਰਖ ਨੇ, ਸੰਤ ਬਾਬਾ ਦਲੇਰ ਸਿੰਘ ਜੀ ਜੈਸੇ, ਜਗਦੇਵ ਸਿੰਘ ਜੀ ਜੈਸੇ ਤਪੱਸਿਆ ਕੀਤੀ ਹੈ, ਉਹ ਜਿਹੜੇ ਪਵਿੱਤਰ ਨੂੰ ਪਿੱਛੇ ਛੱਡ ਕੇ ਗਿਆ, ਉਹਨਾਂ ਦਾ ਪ੍ਰਭਾਵ, ਉਹਨਾਂ ਦਾ ਅਸਰ ਸਦੀਆਂ ਤੱਕ ਰਹਿੰਦਾ ਹੈ। ਤੋ ਗੁਰੂ ਰੂਪ ਸਾਧ ਸੰਗਤ ਜੀਓ, ਮੈਂ ਖਿਆਲ ਲੰਬੇ ਨਹੀਂ ਕਰ ਸਕਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਇੱਕ ਬਚਨ ਕਹਿਣ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਨੰਦ ਲਾਲ ਆ ਅਨੰਦਪੁਰ ਦੇ ਅੰਦਰ ਤੇਰੀਆਂ ਗੱਲਾਂ ਹੁੰਦੀਆਂ ਨੇ, ਤੇਰੀ ਚਰਚਾ ਹੁੰਦੀ ਹੈ, ਤੇ ਆਸ ਪਾਸ ਦੇ ਪਿੰਡਾਂ ਵਿੱਚ ਵੀ ਲੋਕ ਤੇਰੀਆਂ ਗੱਲਾਂ ਕਰਦੇ ਨੇ। ਤੇ ਭਾਈ ਨੰਦ ਲਾਲ ਜੀ ਕਹਿਣ ਲੱਗੇ, ਪਾਤਸ਼ਾਹ ਜਿੱਥੇ ਤੁਹਾਡੀਆਂ ਗੱਲਾਂ ਹੋਣਗੀਆਂ ਉੱਥੇ ਤੁਹਾਡੇ ਸਿੱਖ ਸੇਵਕ ਦੀਆਂ ਵੀ ਗੱਲਾਂ ਹੋਣਗੀਆਂ, ਕਿਉਂਕਿ ਮੈਂ ਤੁਹਾਡੇ ਕੋਲ ਜੋ ਆ ਗਿਆ।
ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਨੰਦ ਲਾਲ ਠੀਕ ਹੈ ਤੂੰ ਵਿਦਵਾਨ ਵੀ ਬਣਾ ਤੂੰ ਅਨੁਭਵੀ ਵੀ ਬਣਾ ਪਰ ਗੱਲ ਸਾਰੇ ਸੁਣ ਲੈਣ ਇਹ ਬਰਕਤ ਤੈਨੂੰ ਮਿਲੀ ਕਿੱਥੋਂ ਹਾਂਜੀ ਭਾਈ ਨੰਦ ਲਾਲ ਜੀ ਕਹਿਣ ਲੱਗੇ ਕਲਗੀਧਰ ਪਾਤਸ਼ਾਹ ਜਦੋਂ ਮੈਂ ਤੇਰੇ ਦਰਬਾਰ ਵਿੱਚ ਆਇਆ ਹੈ ਨਾ ਤੇ ਤੇਰੇ ਦਰ ਦੀ ਜਿਹੜੀ ਧੂੜੀ ਆ ਨਾ ਉਹਦਾ ਮੈਂ ਸੁਰਮਾ ਆਪਣੀ ਅੱਖਾਂ 'ਚ ਪਾਇਆ ਉੱਥੋਂ ਮੈਨੂੰ ਬਰਕਤ ਮਿਲੀ ਸੁਣਿਓ ਭਾਈ ਸਾਹਿਬ ਜੀ ਦੀ ਪਾਵਨ ਰਬਾਈ ਫਾਰਸੀ ਅੱਜ ਖਾ ਕੇ ਦਰੇ ਤੂੰ ਤੂਤੀਆ ਜਾਂ ਫਤਾਏ ਤੂਤੀਆ ਸੁਰਮੇ ਨੂੰ ਕਹਿੰਦੇ ਨੇ ਅੱਜ ਖਾ ਕੇ ਦਰੇ ਤੇਰੇ ਦਰ ਦੀ ਖਾਕ ਤੇਰੇ ਚਰਨਾਂ ਦੀ ਖਾਕ ਜਦੋਂ ਮੈਨੂੰ ਪ੍ਰਾਪਤ ਹੋਈ ਆਫਤਾਏ ਹੁੰਦਾ ਪ੍ਰਾਪਤ ਹੋਈ ਅੱਜ ਖਾ ਕੇ